ਜੇਕਰ ਤੁਸੀਂ ਆਪਣੀ ਉਮਰ ਤੋਂ ਪਹਿਲਾਂ ਹੀ ਬੁੱਢੇ ਨਹੀਂ ਹੋਣਾ ਚਾਹੁੰਦੇ ਤਾਂ ਤੁਹਾਨੂੰ ਆਪਣੀਆਂ 6 ਆਦਤਾਂ ਸੁਧਾਰਨੀਆਂ ਹੀ ਪੈਣਗੀਆਂ। ਨਹੀਂ ਤਾਂ ਇਹ ਤੁਸੀਂ ਤਿਆਰ ਰਹੋ ਕਿ ਘੱਟ ਉਮਰ ਦੇ ਵਿੱਚ ਹੀ ਤੁਹਾਡੇ ਚਿਹਰੇ ਤੋਂ ਤੁਹਾਡਾ ਬੁਢਾਪਾ, ਤੁਹਾਡੀ ਬੋਡੀ ਤੋਂ ਤੁਹਾਡਾ ਬੁਢਾਪਾ ਝਲਕਣ ਹੀ ਵਾਲਾ ਹੈ। ਅਤੇ ਖੁਦ ਨੂੰ ਫਿੱਟ ਰੱਖਣ ਲਈ ਔਰ ਆਪਣੀ ਉਮਰ ਤੋਂ ਵੀ ਜ਼ਿਆਦਾ ਯੰਗ ਰੱਖਣ ਦੇ ਲਈ ਤੁਹਾਨੂੰ ਕਿਹੜੀਆਂ ਆਦਤਾਂ ਤੋਂ ਜ਼ਰੂਰ ਉਹਨਾਂ ਨੂੰ ਬਿਹਤਰ ਕਰਨਾ ਪਏਗਾ ਹੀ, ਇਸ ਉੱਪਰ ਆਪਾਂ ਅੱਜ ਗੱਲ ਕਰਾਂਗੇ। ਤਾਂ ਨੋਟ ਜ਼ਰੂਰ ਕਰ ਲਓ, ਸੁਣਨਾ ਨਹੀਂ ਹੈ, ਆਪਣੀ ਲਾਈਫ ਦੇ ਵਿੱਚ ਇਹਨਾਂ ਨੂੰ ਅਪਣਾਉਣਾ ਵੀ ਤੁਸੀਂ ਜ਼ਰੂਰ ਹੈ। ਹੌਲੀ ਹੌਲੀ ਤੁਹਾਨੂੰ ਆਦਤ ਪੈ ਜਾਏਗੀ, ਸ਼ੁਰੂ ਵਿੱਚ ਚਾਹੇ ਔਖਾ ਲੱਗੇ ਕਿਉਂਕਿ ਇਸਦੇ ਵਿੱਚ ਸਾਡਾ ਟੇਸਟ ਵੀ ਜੁੜਿਆ ਹੋਇਆ, ਸਾਡਾ ਲਾਈਫ ਸਟਾਈਲ ਵੀ ਜੁੜਿਆ ਹੋਇਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਤਾਂ ਫਾਸਟ ਫੂਡ ਤੁਹਾਨੂੰ ਛੱਡਣਾ ਹੀ ਪਏਗਾ। ਜਿੰਨਾ ਵੀ ਪ੍ਰੋਸੈਸਡ ਫੂਡ ਅਸੀਂ ਖਾਂਦੇ ਹਾਂ, ਫਰਾਈ ਫੂਡ ਖਾਂਦੇ ਹਾਂ, ਰਿਫਾਈਂਡ ਚੀਜ਼ਾਂ ਖਾ ਰਹੇ ਹਾਂ, ਬੇਕਰੀ ਪ੍ਰੋਡਕਟਸ ਖਾ ਰਹੇ ਹਾਂ, ਇਹ ਸਭ ਤੁਹਾਨੂੰ ਬੁਢਾਪੇ ਵੱਲ ਲੈ ਕੇ ਜਾ ਰਹੀਆਂ ਨੇ। ਟੇਸਟ ਸਾਨੂੰ ਬਹੁਤ ਲੱਗਦਾ ਹੈ, ਖਾਏ ਬਿਨਾਂ ਜੋ ਹੈ ਦਿਨ ਕਈ ਵਾਰ ਪੂਰਾ ਨਹੀਂ ਹੁੰਦਾ, ਕਈਆਂ ਨੂੰ ਤਾਂ ਬਸ ਕਰੇਵਿੰਗਸ ਹੋਣੀਆਂ ਸ਼ੁਰੂ ਹੋ ਜਾਂਦੀਆਂ, ਕਈਆਂ ਦਾ ਤਾਂ ਟਾਈਮ ਹੀ ਫਿਕਸ ਹੈ ਕਿ ਬਸ ਸ਼ਾਮ ਦੇ 5 ਵਜ ਗਏ ਮੈਂ ਤਾਂ ਮੋਮੋਸ ਖਾਣੇ ਹੀ ਹੈ ਜਾਂ ਫਿਰ ਮੈਂ ਤਾਂ ਬਰਗਰ ਖਾਣਾ ਹੀ ਹੈ ਜਾਂ ਜਿਹੜੀ ਵੀ ਤੁਹਾਡੀ ਫੇਵਰੇਟ ਚੀਜ਼ ਹੈ। ਸੋ ਤੁਹਾਨੂੰ ਫਾਸਟ ਫੂਡ ਨੂੰ ਛੱਡਣਾ ਹੀ ਪਏਗਾ। ਇਹ ਫਰਾਈ ਚੀਜ਼ਾਂ ਜਿੰਨੀਆਂ ਵੀ ਨੇ ਬਹੁਤ ਜ਼ਿਆਦਾ ਹਾਨੀਕਾਰਕ ਨੇ, ਜਿੰਨਾ ਵੀ ਅਸੀਂ ਬੇਕਰੀ ਪ੍ਰੋਡਕਟ ਖਾ ਰਹੇ ਹਾਂ ਇਹ ਸਾਰਾ ਤੁਹਾਡੇ ਲਈ ਬਹੁਤ ਹਾਨੀਕਾਰਕ ਹੈ। ਕਦੇ ਹੋ ਗਿਆ ਤੁਹਾਨੂੰ ਖਾਣਾ ਪਿਆ, ਇਟਸ ਓਕੇ, ਬਟ ਰੈਗੂਲਰ ਸਾਨੂੰ ਇਹ ਚੀਜ਼ਾਂ ਨਹੀਂ ਖਾਣੀ ਚਾਹੀਦੀਆਂ। ਇਸ ਦੀ ਜਗ੍ਹਾ ਹੈਲਦੀ ਹੈਬਿਟਸ ਤੁਸੀਂ ਜ਼ਰੂਰ ਅਪਣਾਓ। ਤੁਸੀਂ ਫਰੂਟ ਖਾ ਸਕਦੇ ਹੋ, ਚੰਗੇ ਸੈਲਡਸ ਖਾ ਸਕਦੇ ਹੋ। ਸੁਣਨ ਨੂੰ ਇਹ ਲੱਗਦਾ ਹੈ ਕਿ ਕਈਆਂ ਨੂੰ ਇਹ ਚੀਜ਼ਾਂ ਬਹੁਤ ਬੋਰਿੰਗ ਲੱਗਦੀਆਂ, ਪਰ ਇੱਕ ਵਾਰ ਜਦ ਤੁਸੀਂ ਖਾਣਾ ਸ਼ੁਰੂ ਕਰੋਗੇ ਤੁਹਾਡੀ ਬੋਡੀ ਤੁਹਾਨੂੰ ਰਿਜ਼ਲਟ ਦਿਖਾਏਗੀ, ਤਾਂ ਤੁਹਾਨੂੰ ਲੱਗੇਗਾ ਕਿ ਯੈਸ, ਅੱਜ ਤੱਕ ਮੈਂ ਐਵੇਂ ਕਿਉਂ ਨਹੀਂ ਕਰਕੇ ਦੇਖਿਆ। ਅਗਲੀ ਆਪਾਂ ਗੱਲ ਕਰ ਲੈਂਦੇ ਹਾਂ ਜੀ, ਤਾਂ ਜੋ ਵੀ ਕੋਈ ਸਿਗਰੇਟ ਸਮੋਕਿੰਗ ਦੀ ਆਪਾਂ ਗੱਲ ਕਰਦੇ ਹਾਂ, ਕੋਈ ਅਲਕੋਹਲ ਜਾਂ ਡਰਿੰਕ ਕਰਦੇ ਨੇ, ਉਹਨਾਂ ਨੂੰ ਵੀ ਇਹ ਚੀਜ਼ਾਂ ਛੱਡਣੀਆਂ ਹੀ ਪੈਣਗੀਆਂ, ਕਿਉਂਕਿ ਇਸ ਦੇ ਨਾਲ ਸਿਰਫ ਔਰ ਸਿਰਫ ਤੁਹਾਨੂੰ ਕਾਰਬਸ ਹੀ ਮਿਲ ਰਹੇ ਆ, ਢੇਰ ਸਾਰੇ ਕਾਰਬੋਹਾਈਡਰੇਟਸ ਕਿਉਂਕਿ ਅਲਕੋਹਲ ਦੇ ਵਿੱਚ ਹੁੰਦੇ ਆ ਢੇਰ ਸਾਰੇ। ਅਗਰ ਆਪਾਂ ਸਿਗਰਟ ਸਮੋਕਿੰਗ ਦੀ ਗੱਲ ਕਰ ਲਈਏ ਤਾਂ ਇਹ ਤੁਹਾਨੂੰ ਅੰਦਰੋਂ ਖਰਾਬ ਹੀ ਕਰ ਰਹੀਆਂ ਨੇ ਚੀਜ਼ਾਂ। ਤੁਸੀਂ ਕੁਝ ਵੀ ਹੈਲਦੀ ਚੀਜ਼ ਖਾਓਗੇ ਨਾ, ਉਸਦਾ ਬੈਨੀਫਿਟ ਤੁਹਾਨੂੰ ਇਹਨਾਂ ਚੀਜ਼ਾਂ ਕਰਕੇ ਮਿਲ ਹੀ ਨਹੀਂ ਸਕੇਗਾ। ਕਿਉਂਕਿ ਅਗਰ ਆਪਾਂ ਡਰਿੰਕ ਦੀ ਗੱਲ ਕਰ ਲਈਏ, ਸਾਡਾ ਜਿਹੜਾ ਲੀਵਰ ਹੈ ਉਹ ਟੋਕਸਿਨਸ ਨੂੰ ਰਿਮੂਵ ਕਰਦਾ ਸਾਡੀ ਬੋਡੀ 'ਚੋਂ, ਅਤੇ ਅਲਕੋਹਲ ਹੈ ਜਿਹੜੀ ਇਸਨੂੰ ਵੀ ਉਹ ਇੱਕ ਟੋਕਸਿਨ ਦੀ ਤਰ੍ਹਾਂ ਹੀ ਦੇਖਦਾ ਹੈ, ਅਤੇ ਸਾਡਾ ਜਿਹੜਾ ਲੀਵਰ ਹੈ ਇਸਦੀ ਬਜਾਏ ਕਿ ਚੰਗੇ ਐਨਜ਼ਾਈਮ ਸਾਡੀ ਬੋਡੀ ਲਈ ਬਣਾਏ, ਉਹ ਸਿਰਫ ਇਹਨਾਂ ਟੋਕਸਿਨਸ ਨੂੰ ਹੀ ਬੋਡੀ 'ਚੋਂ ਰਿਮੂਵ ਕਰਦਾ ਕਰਦਾ ਥੱਕ ਜਾਂਦਾ ਹੈ। ਔਰ ਇੰਨਾ ਜ਼ਿਆਦਾ ਤੁਸੀਂ ਉਸਨੂੰ ਓਵਰਲੋਡ ਕਰ ਦਿੰਦੇ ਹੋ, ਇੰਨਾ ਜ਼ਿਆਦਾ ਉਹਨੂੰ ਕੰਮ ਦਿੰਦੇ ਹੋ ਟੋਕਸਿਨ ਬਾਹਰ ਕਰਨ ਦਾ, ਥੱਕ ਕੇ ਜੋ ਹੈ ਫੈਟੀ ਲੀਵਰ ਦੀ ਵੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਤੁਸੀਂ ਕੋਈ ਵੀ ਸਿਗਰਟ ਸਮੋਕਿੰਗ ਕਰਦਾ ਹੈ, ਡਰਿੰਕ ਕਰਦੇ ਹੋ, ਅਲਕੋਹਲ ਹੈ, ਇਹਨਾਂ ਸਭ ਚੀਜ਼ਾਂ ਤੋਂ ਵੀ ਤੁਹਾਨੂੰ ਦੂਰ ਰਹਿਣਾ ਹੀ ਪਏਗਾ। ਕਿਉਂਕਿ ਜਦੋਂ ਸਾਡਾ ਲੀਵਰ ਸਹੀ ਕੰਮ ਨਹੀਂ ਕਰੇਗਾ, ਫੰਕਸ਼ਨਿੰਗ ਸਹੀ ਨਹੀਂ ਹੋਏਗੀ, ਬੋਡੀ ਦਾ ਪੂਰਾ ਸਿਸਟਮ ਸਲੋ ਹੋ ਜਾਂਦਾ ਹੈ, ਅਤੇ ਇਹ ਸਾਡੇ ਜੋ ਹੈ ਏਜਿੰਗ ਵੱਲ ਤੁਸੀਂ ਵਧਣ ਲੱਗਦੇ ਹੋ, ਤੁਹਾਡੀ ਉਮਰ ਤੋਂ ਜ਼ਿਆਦਾ ਬੁਢਾਪਾ ਤੁਹਾਡੇ ਚਿਹਰੇ ਤੋਂ ਦਿਖਣਾ ਸ਼ੁਰੂ ਹੋ ਜਾਂਦਾ। ਇਸ ਲਈ ਤੁਹਾਨੂੰ ਇੱਥੇ ਇਸ ਚੀਜ਼ ਦਾ ਵੀ ਧਿਆਨ ਜ਼ਰੂਰ ਰੱਖਣਾ ਹੀ ਪਏਗਾ। ਅਗਲੀ ਆਪਾਂ ਗੱਲ ਕਰੀਏ, ਅੱਜ ਕੱਲ੍ਹ ਹਰੇਕ ਦਾ ਲਾਈਫ ਸਟਾਈਲ ਹੈ, ਜਿੱਥੇ ਵੀ ਬੈਠੇ ਹਾਂ ਨਾ, ਘੰਟਿਆਂ ਘੰਟਿਆਂ ਤੱਕ ਅਸੀਂ ਉੱਥੇ ਬੈਠੇ ਕੰਮ ਕਰਦੇ ਰਹਿੰਦੇ ਹਾਂ। ਅਗਰ ਆਪਾਂ ਔਫਿਸ ਦੀ ਗੱਲ ਕਰੀਏ, ਵਰਕਲੋਡ ਇੰਨਾ ਜ਼ਿਆਦਾ ਹੁੰਦਾ ਕਿ ਕੰਟੀਨਿਊ ਕਈ ਘੰਟੇ ਕੰਮ ਕਰਦੇ ਕਰਦੇ ਪਤਾ ਹੀ ਨਹੀਂ ਚੱਲਦਾ ਸਵੇਰ ਤੋਂ ਲੈ ਕੇ ਸ਼ਾਮ ਕਦੋਂ ਹੋ ਗਈ, ਤਾਂ ਇਹ ਵੀ ਜੋ ਹੈ ਤੁਹਾਡੀ ਮਾੜੀ ਆਦਤ ਹੈ, ਇਸ ਨੂੰ ਛੱਡਣਾ ਪਏਗਾ। ਹੁਣ ਮੈਂ ਇਹ ਨਹੀਂ ਤੁਹਾਨੂੰ ਕਹਿ ਰਹੀ ਕਿ ਤੁਸੀਂ ਆਪਣਾ ਕੰਮ ਨਾ ਕਰੋ, ਕੰਮ ਤੁਸੀਂ ਜ਼ਰੂਰ ਕਰਨਾ, ਪਰ ਘੰਟੇ ਡੇਢ ਘੰਟੇ ਦੀ ਵਿੱਚ ਕੰਮ ਕੰਟੀਨਿਊ ਕਰ ਰਹੇ ਹੋ, ਥੋੜ੍ਹਾ ਉੱਠੋ, ਹਲਕਾ ਜਿਹਾ ਤੁਰੋ ਫਿਰੋ, ਜਾਂ ਮਾੜਾ ਜਿਹਾ ਖਿੜਕੀ ਕਿਤੇ ਬਾਹਰ ਤੁਹਾਡੇ ਆਫਿਸ ਵਿੱਚ ਹੈ ਉੱਥੋਂ ਖੋਲ੍ਹ ਕੇ ਬਾਹਰ ਦੇਖੋ, ਦੂਰ ਤੱਕ ਜ਼ਰੂਰ ਦੇਖੋ, ਤਾਂ ਕਿ ਤੁਹਾਡੀ ਅੱਖਾਂ ਦੀ ਐਕਸਰਸਾਈਜ਼ ਵੀ ਹੋਏ, ਥੋੜ੍ਹਾ ਚੱਲੋਗੇ ਤੁਹਾਡੀ ਬਲੱਡ ਸਰਕੂਲੇਸ਼ਨ ਸਹੀ ਹੋ ਪਾਏਗੀ, ਤਾਂ ਤੁਹਾਡੀ ਬੋਡੀ ਵਿੱਚ ਥੋੜ੍ਹੀ ਤੁਹਾਨੂੰ ਫਰੈਸ਼ਨੈਸ ਵੀ ਫੀਲ ਹੋਏਗੀ।
ਕਿਉਂਕਿ ਬਲੱਡ ਸਰਕੂਲੇਸ਼ਨ ਪੂਰੀ ਸਹੀ ਰਹੇਗੀ ਤਾਂ ਹੀ ਤੁਸੀਂ ਆਪਣੇ ਸਾਰੇ ਔਰਗਨਸ ਨੂੰ ਹੈਲਦੀ ਰੱਖ ਪਾਓਗੇ ਔਰ ਤਾਂ ਹੀ ਤੁਸੀਂ ਯੰਗ ਵੀ ਦਿਖ ਪਾਓਗੇ, ਨਹੀਂ ਤਾਂ ਬੈਠੇ ਬੈਠੇ ਐਵੇਂ ਹੀ ਤੁਹਾਡਾ ਬੁਢਾਪਾ ਤੁਹਾਡੇ ਨਾਲ ਆਉਣ ਹੀ ਵਾਲਾ ਹੈ। ਸੋ ਖੁਦ ਨੂੰ ਹੈਲਦੀ ਰੱਖਣ ਲਈ, ਯੰਗ ਰੱਖਣ ਦੇ ਲਈ ਤੁਹਾਨੂੰ ਆਪਣਾ ਥੋੜ੍ਹੀ ਥੋੜ੍ਹੀ ਬ੍ਰੇਕ ਦੇਣੀ ਪਏਗੀ। ਕੰਮ ਕਰਦੇ ਕਰਦੇ ਥੋੜ੍ਹਾ ਉੱਠੋ, ਥੋੜ੍ਹਾ ਟਹਿਲੋ, ਅਗੇਨ ਫਿਰ ਤੁਸੀਂ ਆਪਣਾ ਕੰਮ ਜੋ ਹੈ ਕੰਟੀਨਿਊ ਕਰ ਸਕਦੇ ਹੋ। ਅਗਲੀ ਇੱਕ ਮਾੜੀ ਆਦਤ ਕਈਆਂ ਦੇ ਵਿੱਚ, ਅੱਜ ਕੱਲ੍ਹ ਵੈਸੇ ਬਹੁਤ ਲੋਕ ਅਵੇਅਰ ਨੇ ਕਿ ਸਾਨੂੰ ਚੰਗੀ ਮਾਤਰਾ ਵਿੱਚ ਡੇਲੀ ਪਾਣੀ ਪੀਣਾ ਚਾਹੀਦਾ ਹੈ। ਹਾਈਡਰੇਟ ਤੁਸੀਂ ਆਪਣੀ ਬੋਡੀ ਨੂੰ ਜ਼ਰੂਰ ਰੱਖਣਾ ਹੈ, ਕਿਉਂਕਿ ਅਗਰ ਡੀਹਾਈਡਰੇਸ਼ਨ ਹੋ ਜਾਂਦੀ ਹੈ ਬੋਡੀ ਵਿੱਚ ਤਾਂ ਉਸਦੇ ਨਾਲ ਵੀ ਤੁਹਾਡੀ ਸਕਿਨ ਜੋ ਹੈ ਬੜੀ ਬੇਜਾਨ ਰੁੱਖੀ ਹੋ ਜਾਂਦੀ ਹੈ, ਚਿਹਰਾ ਢਲਿਆ ਢਲਿਆ ਉਹ ਨਾਲ ਹੀ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ। ਗਰਮੀਆਂ ਨੇ ਪਾਣੀ ਦੀ ਬੋਟਲ ਤਾਂ ਆਪਣੇ ਨਾਲ ਹੀ ਹਮੇਸ਼ਾ ਰੱਖੋ, ਔਰ ਅਗਰ ਹੋਰ ਅੱਛਾ ਹੋ ਸਕੇ ਤਾਂ ਅੱਜ ਕੱਲ੍ਹ ਤਾਂ ਬਹੁਤ ਅੱਛਾ ਹਰ ਕੋਈ ਅਵੇਅਰ ਹੈ ਕਿ ਆਪਣੀ ਪਾਣੀ ਵਾਲੀ ਬੋਟਲ ਦੇ ਵਿੱਚ ਤੁਸੀਂ ਪੁਦੀਨੇ ਦੇ ਪੱਤੇ, ਧਨੀਏ ਦੇ ਪੱਤੇ ਜਾਂ ਕਈ ਖੀਰਾ ਵੀ ਕੱਟ ਕੇ ਵਿੱਚ ਪਾ ਕੇ ਰੱਖਦੇ ਨੇ, ਉਸਦੇ ਨਾਲ ਕੀ ਹੈ ਜਿੰਨੇ ਵੀ ਉਸ ਚੀਜ਼ ਦੇ ਵਿੱਚ ਵਿਟਾਮਿਨਸ ਨੇ, ਵਿਟਾਮਿਨ ਬੀ ਹੈ, ਵਿਟਾਮਿਨ ਏ ਹੈ, ਵਿਟਾਮਿਨ ਸੀ, ਉਹ ਪਾਣੀ ਦੇ ਵਿੱਚ ਆ ਜਾਂਦਾ, ਤਾਂ ਤੁਸੀਂ ਜਿਹੜਾ ਪਾਣੀ ਪੀ ਰਹੇ ਹੋ ਉਸਦੇ ਨਾਲ ਵਿਟਾਮਿਨਸ ਵੀ ਤੁਹਾਡੇ ਅੰਦਰ ਜਾ ਰਹੇ ਨੇ। ਸੌਂਫ ਦਾ ਪਾਣੀ ਵੀ ਤੁਸੀਂ ਤਿਆਰ ਕਰਕੇ ਆਪਣੀ ਬੋਟਲ ਜੋ ਹੈ ਨਾਲ ਲੈ ਕੇ ਜਾ ਸਕਦੇ ਹੋ, ਆਫਿਸ ਜਾ ਰਹੇ ਹੋ ਜਾਂ ਕਿਤੇ ਵੀ ਜਾ ਰਹੇ ਹੋ, ਤਾਂ ਥੋੜ੍ਹਾ ਥੋੜ੍ਹਾ ਹੀ ਦੇਰ ਬਾਅਦ ਇਹ ਪਾਣੀ ਤੁਸੀਂ ਪੀਂਦੇ ਰਹੋ। ਸੋ ਡੀਹਾਈਡਰੇਟ ਬਿਲਕੁਲ ਵੀ ਨਹੀਂ ਹੋਣਾ, ਚੰਗੀ ਮਾਤਰਾ ਵਿੱਚ ਪਾਣੀ ਪੀਓ। ਸਾਡੀ ਬੋਡੀ ਦਾ ਬਹੁਤ ਸਾਰਾ ਪਾਰਟ ਪਾਣੀ ਹੀ ਹੈ, ਸਾਡੇ ਦਿਮਾਗ ਨੂੰ ਸਹੀ ਵਰਕਿੰਗ ਦੇ ਲਈ ਪਾਣੀ ਦੀ ਬਹੁਤ ਚੰਗੀ ਮਾਤਰਾ ਦੀ ਜ਼ਰੂਰਤ ਹੁੰਦੀ ਹੈ। ਅੱਗੋਂ ਆਪਾਂ ਗੱਲ ਕਰੀਏ ਤਾਂ ਸਟ੍ਰੈਸ, ਅੱਜ ਕੱਲ੍ਹ ਹਰੇਕ ਨੂੰ ਸਟ੍ਰੈਸ ਬਹੁਤ ਜਲਦੀ ਔਰ ਬਹੁਤ ਜ਼ਿਆਦਾ ਹੋ ਜਾਂਦਾ ਹੈ, ਸਟ੍ਰੈਸ ਕਦੇ ਵੀ ਨਹੀਂ ਲੈਣਾ ਚਾਹੀਦਾ। ਸੋ ਇਹ ਮੈਂ ਅਗਰ ਗੱਲ ਕਹਾਂ ਕਿ ਸਟ੍ਰੈਸ ਨਹੀਂ ਲੈਣਾ ਚਾਹੀਦਾ, ਐਵੇਂ ਨਹੀਂ ਹੁੰਦਾ। ਜਿਨ੍ਹਾਂ ਨੂੰ ਕੋਈ ਟੈਨਸ਼ਨ ਹੁੰਦੀ ਹੈ, ਕੋਈ ਪ੍ਰੋਬਲਮ ਆ ਚੁੱਕੀ ਹੁੰਦੀ ਹੈ, ਉਹੀ ਸਮਝਦਾ ਕਿ ਪ੍ਰੋਬਲਮ ਹੈ, ਪਰ ਉਹਨੂੰ ਹੈਂਡਲ ਕਰਨਾ ਸਿੱਖਣਾ ਚਾਹੀਦਾ ਬਜਾਏ ਕਿ ਅਸੀਂ ਸਟ੍ਰੈਸ ਲੈ ਲਈਏ। ਸਟ੍ਰੈਸ ਲੈਣ ਦੇ ਨਾਲ ਸਾਨੂੰ ਦਿਮਾਗੀ ਤੌਰ 'ਤੇ ਪਰੇਸ਼ਾਨੀ ਤਾਂ ਹੁੰਦੀ ਹੈ, ਲੇਕਿਨ ਅਸੀਂ ਜੋ ਹੈ ਫਿਜ਼ੀਕਲੀ ਵੀ ਸਾਨੂੰ ਢੇਰ ਸਾਰੀ ਪ੍ਰੋਬਲਮ ਇਸਦੇ ਨਾਲ ਬੋਡੀ ਵਿੱਚ ਦੇਖਣੀਆਂ ਪੈਂਦੀਆਂ ਨੇ। ਇਸ ਲਈ ਇੱਥੇ ਇਹ ਵੀ ਧਿਆਨ ਜ਼ਰੂਰ ਰੱਖਣਾ ਕਿ ਅਸੀਂ ਸਟ੍ਰੈਸ ਨਹੀਂ ਲੈਣਾ, ਕੂਲ ਮਾਇੰਡ ਰਹੋ। ਜਦੋਂ ਸਟ੍ਰੈਸ ਹੋਣ ਲੱਗੇ ਥੋੜ੍ਹਾ ਟਹਿਲੋ, ਕੋਈ ਅੱਛਾ ਗਾਣਾ ਸੁਣ ਲਓ, ਆਪਣੇ ਮੂਡ ਨੂੰ ਠੀਕ ਕਰੋ, ਜਿਹਦੇ ਨਾਲ ਗੱਲ ਕਰਨਾ ਅੱਛਾ ਲੱਗਦਾ ਉਸਦੇ ਨਾਲ ਗੱਲ ਕਰੋ। ਤੁਸੀਂ ਸਾਰੇ ਜਾਣਦੇ ਹੀ ਹੋ ਕਿਉਂਕਿ ਹਲਕਾ ਫੁਲਕਾ ਸਟ੍ਰੈਸ ਅੱਜ ਕੱਲ੍ਹ ਸਭ ਨੂੰ ਹੀ ਫੇਸ ਕਰਨਾ ਹੀ ਪੈਂਦਾ। ਸੋ ਜਦ ਸਟ੍ਰੈਸ ਹੁੰਦਾ, ਕਈ ਵਾਰ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ, ਡਾਈਜੈਸ਼ਨ ਵੀ ਵਿਗੜ ਜਾਂਦਾ। ਸੋ ਅਸੀਂ ਓਵਰਆਲ ਅਗਰ ਆਪਣੀ ਹੈਲਥ ਸਹੀ ਰੱਖਣਾ ਚਾਹੁੰਦੇ ਹਾਂ, ਬੁਢਾਪੇ ਤੋਂ ਦੂਰ ਰਹਿਣਾ ਚਾਹੁੰਦੇ ਹਾਂ, ਤਾਂ ਸਟ੍ਰੈਸ ਤੋਂ ਵੀ ਸਾਨੂੰ ਦੂਰ ਰਹਿਣਾ ਹੀ ਪਏਗਾ। ਲਾਸਟ ਆਪਾਂ ਗੱਲ ਕਰੀਏ ਤਾਂ ਜ਼ਰੂਰ ਐਕਸਰਸਾਈਜ਼ ਸਾਨੂੰ ਕਰਨੀ ਚਾਹੀਦੀ ਹੈ। ਮੈਂ ਇੱਥੇ ਵੀ ਨਹੀਂ ਹੁਣ ਕਹਿ ਰਹੀ ਕਿ ਜਿਮ ਜੁਆਇਨ ਕਰ ਲਓ, ਜਿਮ ਜਾ ਕੇ ਤੁਸੀਂ ਘੰਟੇ ਘੰਟੇ ਲਗਾ ਕੇ ਆਓ, ਕਿਉਂਕਿ ਅੱਜ ਕੱਲ੍ਹ ਇੰਨਾ ਟਾਈਮ ਕਈਆਂ ਕੋਲ ਨਹੀਂ ਵੀ ਹੁੰਦਾ। ਸੋ ਉਸਦੇ ਵਿੱਚ ਆਪਾਂ ਦੇਖੋ, ਐਕਸਰਸਾਈਜ਼ ਦਾ ਮਤਲਬ ਹੁੰਦਾ ਫਿਜ਼ੀਕਲ ਐਕਟੀਵਿਟੀ, ਉਹ ਭਾਵੇਂ ਤੁਹਾਡੀ ਮੋਰਨਿੰਗ ਵਾਕ ਹੈ, ਈਵਨਿੰਗ ਵਾਕ ਹੈ, ਜਾਂ ਤੁਸੀਂ ਯੋਗਾ ਕਰ ਰਹੇ ਹੋ, ਟਹਿਲ ਰਹੇ ਹੋ, ਮਤਲਬ ਸਾਨੂੰ ਆਪਣੀ ਫਿਜ਼ੀਕਲ ਐਕਟੀਵਿਟੀ ਰੱਖਣੀ ਹੀ ਪਏਗੀ। ਨਹੀਂ ਤਾਂ ਉਮਰ ਦੇ ਨਾਲ ਨਾਲ ਮੋਟਾਪਾ ਆ ਜਾਂਦਾ, ਉਸ ਤੋਂ ਬਾਅਦ ਜੋ ਹੈ ਬਲੱਡ ਸ਼ੂਗਰ ਵਧਣ ਲੱਗ ਜਾਂਦਾ, ਕੋਲੈਸਟਰੋਲ ਦੀ ਪ੍ਰੋਬਲਮ ਹੋ ਜਾਂਦੀ, ਉਸ ਤੋਂ ਬਾਅਦ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ। ਸਾਡੇ ਔਰਗਨ ਸਾਰੇ ਫਿੱਟ ਤਾਂ ਹੀ ਰਹਿਣਗੇ ਜੇਕਰ ਅਸੀਂ ਆਪਣੀ ਫਿਜ਼ੀਕਲ ਐਕਟੀਵਿਟੀ ਵੀ ਵਧੀਆ ਰੱਖਦੇ ਹਾਂ। ਸੋ ਇਹਨਾਂ ਸਾਰੀਆਂ ਆਦਤਾਂ ਨੂੰ ਤੁਸੀਂ ਜ਼ਰੂਰ ਅਪਣਾਓ। ਦੇਖੋ, ਬਹੁਤ ਕੋਈ ਐਵੇਂ ਨਹੀਂ ਹੈ ਕਿ ਤੁਹਾਨੂੰ ਬਹੁਤ ਪੈਸੇ ਖਰਚਣੇ ਪੈਣੇ ਇਹਨਾਂ ਚੀਜ਼ਾਂ ਦੇ ਲਈ, ਜਾਂ ਬਹੁਤ ਇੱਕ ਅਲੱਗ ਤੋਂ ਟਾਈਮ ਕੱਢਣਾ ਪਏਗਾ। ਤੁਹਾਡਾ ਰੂਟੀਨ ਹੈ, ਸੈੱਟ ਕਰ ਲਓ ਇਸ ਰੂਟੀਨ ਨੂੰ, ਹੌਲੀ ਹੌਲੀ ਆਦਤ ਪੈ ਜਾਏਗੀ। ਸ਼ੁਰੂ ਸ਼ੁਰੂ ਕਈ ਵਾਰ ਨਹੀਂ ਵੀ ਧਿਆਨ ਰਹਿੰਦਾ, ਪਰ ਇਹਨਾਂ ਗੱਲਾਂ ਨੂੰ ਅਗਰ ਤੁਸੀਂ ਅਪਣਾ ਲਓਗੇ ਤਾਂ ਤੁਸੀਂ ਉਮਰ ਤੋਂ ਪਹਿਲਾਂ ਬੁੱਢੇ ਤਾਂ ਘੱਟੋ ਘੱਟ ਨਹੀਂ ਹੋਵੋਗੇ, ਆਪਣਾ ਹੈਲਦੀ ਤੰਦਰੁਸਤ ਜੀਵਨ ਤੁਸੀਂ ਜ਼ਰੂਰ ਬਿਤਾਓਗੇ, ਔਰ ਖੁਦ ਨੂੰ ਯੰਗ ਵੀ ਫੀਲ ਕਰੋਗੇ, ਹੈਲਦੀ ਵੀ ਫੀਲ ਕਰੋਗੇ। ਵੀਡੀਓ ਚੰਗੀ ਲੱਗੀ ਹੈ ਤਾਂ ਇਸਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਹੋਰਾਂ ਨਾਲ ਵੀ ਇਹ ਵੀਡੀਓ ਸ਼ੇਅਰ ਤਾਂ ਕਰਨੀ ਹੈ ਤਾਂ ਕਿ ਸਾਰੇ ਹੀ ਹੈਲਦੀ ਰਹਿਣ, ਇਹਨਾਂ ਆਦਤਾਂ ਨੂੰ ਅਪਣਾਉਣ, ਅਤੇ ਜਿਹੜੀਆਂ ਮੈਂ ਗੱਲਾਂ ਕਹੀਆਂ ਨੇ ਉਹਨਾਂ ਸਭ ਆਦਤਾਂ ਨੂੰ ਛੱਡ ਦੇਣ, ਸਹੀ ਆਦਤਾਂ ਕਰ
ਸੁਧਾਰ ਲੈਣ, ਆਪਣੀਆਂ ਜਿਹੜੀਆਂ ਵਿਗੜੀਆਂ ਆਦਤਾਂ ਉਹਨਾਂ ਨੂੰ ਸੁਧਾਰ ਲਿਆ ਜਾਏ, ਚੰਗੀਆਂ ਆਦਤਾਂ ਵੱਲ ਅਸੀਂ ਸਾਰੇ ਰਲ ਕੇ ਅੱਗੇ ਵਧੀਏ। ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ, ਕਮੈਂਟ ਕਰਕੇ ਆਪਣੇ ਸੁਝਾਅ ਮੇਰੇ ਨਾਲ ਸਾਂਝੇ ਕਰਨਾ। ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ, ਫੋਲੋ ਕਰ ਲਓ। ਯੂਟਿਊਬ ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ। ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ। ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜੀ ਇਜਾਜ਼ਤ। ਸਤਿ ਸ਼੍ਰੀ ਅਕਾਲ।